ਘੰਟਾ ਬੱਸ ਸਟੈਂਡ ਨਕੋਦਰ ਦੇ ਵਿੱਚ ਮੌਜੂਦ ਆ। ਬਹੁਤ ਵਾਰ ਬਹੁਤ ਕੀ ਕਾਫੀ ਵੀ ਕਹਿ ਸਕਦੇ ਆ, ਬਹੁਤ ਸ਼ਬਦ ਆ ਪੰਜਾਬੀ ਦੇ ਖਬਰਾਂ ਚੱਲ ਚੁੱਕੀਆਂ, ਪਰ ਇਹ ਬੱਸ ਅੱਡਾ ਨਹੀਂ ਬਣਿਆ। ਸੁਸ਼ੀਲ ਕੁਮਾਰ ਰਿੰਕੂ ਨੂੰ ਲੋਕਾਂ ਨੇ ਵੋਟਾਂ ਪਾਈਆਂ, ਉਸ ਤੋਂ ਬਾਅਦ ਹੁਣ ਚਰਨਜੀਤ ਚੰਨੀ ਹੈ। ਬਹੁਤ ਸਾਰੇ ਇੱਥੋਂ ਦੇ ਵਿਧਾਇਕ ਰਹੇ, MP ਰਹੇ, ਪਰ ਇਸ ਬੱਸ ਸਟੈਂਡ ਨੂੰ ਬੂਰ ਨਹੀਂ ਪਿਆ। ਤਾਂ ਇਹ ਅੱਜ ਅੱਗੇ ਜਾ ਕੇ ਤਸਵੀਰ ਦਿਖਾਉਣ ਦੀ ਤਾਂ ਕੋਈ ਲੋੜ ਨਹੀਂ ਹੈ, ਕਿਉਂਕਿ ਤੁਸੀਂ ਬਹੁਤ ਵਾਰ ਦੇਖ ਚੁੱਕੇ। ਹੁਣ ਦੀਵਾਲੀ ਦਾ ਤਿਉਹਾਰ ਅੱਗੇ ਆ ਰਿਹਾ, ਵਿਸ਼ਵਕਰਮਾ ਡੇ ਹੈ, ਬੰਦੀ ਛੋੜ ਦਿਵਸ ਹੈ, ਪਰ ਨਕੋਦਰ ਵਾਸੀ ਸਾਰੇ ਖੁਸ਼ ਹੋਣਗੇ। ਬੜੇ ਦੂਰੋਂ ਦੂਰ ਇੱਥੇ ਦੋ ਵੱਡੇ ਡੇਰੇ ਆ, ਬਾਪੂ ਲਾਲ ਬਾਦਸ਼ਾਹ, ਅਮਰਾਜ ਸ਼ਾਹ, ਲੋਕ ਨਮਸਤਕ ਹੋਣ ਆਉਣਗੇ, ਪਰ ਉਹ ਕੀ ਕਹਿ ਕੇ ਇਹਦੇ ਕੋਲ ਵਾਪਸ ਜਾਣਗੇ? ਅਤੇ ਜਦੋਂ ਇਹੋ ਜਿਹਾ ਬੱਸ ਸਟੈਂਡ ਮੱਥੇ ਲੱਗੂਗਾ ਤਾਂ ਕੀ ਸੋਚਣਗੇ? ਕੀ ਵਾਪਸ ਜਾ ਕੇ ਦੱਸਣਗੇ ਆਪਣੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਕਿ ਕਿਹੋ ਜਿਹਾ ਬੱਸ ਸਟੈਂਡ ਆਇਆ ਸੀ, ਜਿਸ ਦੇ ਹਾਲਾਤ ਇੰਨੇ ਖਸਤਾ ਸੀ, ਟੂਟੀਆਂ ਦੇ ਬੁਰੇ ਹਾਲਾਤ ਸੀ, ਬੱਸ ਸਟੈਂਡ ਡਿੱਗਣ ਵਾਲਾ ਸੀ, ਇੱਥੋਂ ਤੱਕ ਕਿ ਕੋਈ ਵੀ ਸਹੂਲਤ ਬੱਸ ਅੱਡੇ ਦੇ ਮੌਜੂਦ ਨਹੀਂ ਸੀ। ਬਹੁਤ ਵਾਰ ਸੁਣਨ ਦੇ ਵਿੱਚ ਆਇਆ ਕਿ ਇਸਦਾ ਠੇਕਾ ਚੁੱਕਿਆ ਗਿਆ, ਫਿਰ ਇਹਦਾ ਠੇਕੇਦਾਰ ਉਹ ਰਾਜ਼ੀ ਨਹੀਂ ਹੋਇਆ, ਪਰ ਜ਼ਮੀਨੀ ਹਕੀਕਤ 'ਤੇ ਬੱਸ ਅੱਡਾ ਕਦੋਂ ਬਣੇਗਾ ਅਤੇ ਕਦੋਂ ਲੋਕਾਂ ਨੂੰ ਰਾਹਤ ਮਿਲੇਗੀ? ਸਵਾਲ ਤਾਂ ਕਿ ਜ਼ਮੀਨੀ ਪੱਧਰ 'ਤੇ ਕੰਮ ਕਿੰਨਾ ਕੁ ਹੋ ਰਿਹਾ ਤਾਂ ਬਹੁਤ ਜਿਹਾ ਸਵਾਲ ਹੈ। ਅਜੇ ਤੱਕ ਬੱਸ ਅੱਡੇ ਨੂੰ ਬੂਰ ਨਹੀਂ ਪਿਆ। ਤਸਵੀਰਾਂ ਅੱਗੇ ਤੱਕ ਦਿਖਾ ਦਿੰਦੇ ਹਾਂ, ਪੱਟਿਆ ਪਿਆ ਥੱਲੋਂ ਜੋ ਇੱਥੇ ਬਜਰੀ ਵਗੈਰਾ ਨਿਕਲੀ ਪਈ ਹੈ, ਅੱਗੇ ਜਾ ਕੇ ਤਸਵੀਰ ਦਿਖਾਈਏ ਤਾਂ ਬੱਸ ਅੱਡਾ ਡਿੱਗਣ ਵਾਲਾ। ਉੱਥੋਂ ਲਿਖਿਆ ਵੀ ਹੋਇਆ ਕਿ ਬੱਸ ਅੱਡਾ ਡਿੱਗਣ ਵਾਲਾ, ਤੁਸੀਂ ਇਸ ਦੇ ਅੱਗੇ ਬਰਾਂਡੇ ਥੱਲੇ ਨਾ ਜਾਓ। ਹਾਲਾਤ ਬਹੁਤ ਮਾੜੇ ਹੈ, ਬਹੁਤ ਖਦਸ਼ਾ ਹੈ, ਡਿੱਗਣ ਦਾ ਵੀ ਖਦਸ਼ਾ ਹੈ। ਤਾਂ CM ਭਗਵੰਤ ਮਾਨ ਨੂੰ ਵਾਰ ਵਾਰ ਬੇਨਤੀ ਅਸੀਂ ਵੀ ਕਰਦੇ ਹਾਂ, ਲੋਕ ਵੀ ਬੇਨਤੀ ਕਰਦੇ ਆ ਕਿ ਉਹਨਾਂ ਨੇ ਜੋ ਬਹੁਤ ਸਾਰੇ ਆਧੁਨਿਕ ਬੱਸ ਅੱਡੇ ਬਣਾਏ ਸੀ, ਪਰ ਇਹ ਸ਼ਾਇਦ ਉਹਨਾਂ ਆਧੁਨਿਕ ਵਧੀਆ ਬੱਸ ਅੱਡਿਆਂ ਦੇ ਵਿੱਚ ਆਉਂਦਾ ਨਹੀਂ, ਅਤੇ ਜਾਂ ਫਿਰ ਨਕੋਦਰ ਕਿਸੇ ਵੀ ਲਿਸਟ ਦੇ ਵਿੱਚ ਨਾਮ ਨਹੀਂ ਹੈ। ਅਤੇ ਜਲਦ ਕਿਸੇ ਲਿਸਟ ਦੇ ਵਿੱਚ ਨਾਮ ਪਾਇਆ ਜਾਵੇ ਅਤੇ ਤਾਂ ਜੋ ਇਸ ਨੂੰ ਕੋਈ ਬੂਰ ਪੈ ਸਕੇ ਔਰ ਬੱਸ ਅੱਡਾ ਬਣ ਸਕੇ। ਬਹੁਤ ਬਹੁਤ ਧੰਨਵਾਦ, ਅਗਲੀ ਵਾਰ ਇੱਕ ਨਵੀਂ ਖਬਰ ਲੈ ਕੇ ਹਾਜ਼ਰ ਹੋਊਂਗਾ। ਵੈਸੇ ਅੱਜ ਦੀ ਖਬਰ ਨਹੀਂ, ਧਿਆਨ ਦੇ ਵਿੱਚ ਹੀ ਦਿਵਾਉਣਾ ਸੀ ਕਿ ਚੇਤਾ ਰਹੇ ਨਕੋਦਰ ਵਾਸੀਆਂ ਨੂੰ ਔਰ ਜੋ ਇੱਥੇ ਲੋਕ ਇੱਥੋਂ ਆ ਕੇ ਵਾਪਸ ਜਾਂਦੇ ਆ, ਇੱਥੇ ਵੱਡੇ ਡੇਰਾ 'ਚ ਨਮਸਤਕ ਹੁੰਦੇ ਹਨ, ਯਾਦ ਰਹੇ ਕਿ ਕਦੇ ਨਾ ਕਦੇ ਅਸੀਂ ਇਸ ਬੱਸ ਅੱਡੇ ਦੇ ਵਿੱਚ ਆਏ ਸੀ, ਔਰ ਜਦੋਂ ਦੂਜੀ ਵਾਰ ਇੱਥੇ ਆਉਣ 'ਤੇ ਬੱਸ ਅੱਡਾ ਬਣਿਆ ਹੋਵੇ। ਵਾਹਿਗੁਰੂ ਕੀ ਅਰਦਾਸ ਕਰਦੇ ਹਾਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੈਮਰਾਮੈਨ ਸੋਨੂ ਦੇ ਨਾਲ ਹਰਦੀਪ, NNR ਨਿਊਜ਼, ਨਕੋਦਰ।